ਤੁਹਾਡੇ ਵੀਡੀਓ ਸਾਂਝੇ ਕਰਨੇ ਆਪਣੇ ਆਪ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ? ਕਿਉਂਕਿ ਜਦ ਇਲਾਜ ਚੱਲਦਾ ਨਾ, ਔਰ ਖਾਸ ਕਰ ਜੇ ਗੱਲ ਕਰੀਏ ਸਵੇਅਰ ਡਿਜ਼ੀਜ਼ ਦਾ ਨਾ, ਕਰੋਨਿਕ ਡਿਜ਼ੀਜ਼ ਦਾ, ਕਿਡਨੀ ਫੇਲੀਅਰ, ਕੈਂਸਰ ਜਾਂ ਸਪਾਈਨਲ ਕੋਰਡ ਇੰਜਰੀ ਜਾਂ ਹੋਰ ਇਸ ਤਰ੍ਹਾਂ ਦੇ ਮਰੀਜ਼ਾਂ ਦਾ, ਉਸਦੇ ਵਿੱਚ ਘਰ ਦੇ ਆਰਥਿਕ ਹਾਲਾਤ, ਸਮਾਜਿਕ ਹਾਲਾਤ ਤਬਾਹ ਹੋ ਕੇ ਰਹਿ ਜਾਂਦੇ ਆ। ਤੁਸੀਂ ਸਾਡਾ ਸਾਥ ਦੇ ਸਕਦੇ ਹੋ ਐਜ਼ ਅ ਡੋਨਰ, ਸੇਵਾ ਦੇ ਵਿੱਚ ਵੀ ਸਹਿਯੋਗ ਕਰ ਸਕਦੇ ਹੋ ਜੇ ਜੁੜਨਾ ਚਾਹੋ, ਲੇਕਿਨ ਔਨਲਾਈਨ ਸੇਵਾ ਆਪਣੀ ਜ਼ਰੂਰ ਨਿਭਾਉਂਦੇ ਰਹੋ। ਤੁਹਾਡੇ ਵੀਡੀਓ ਸ਼ੇਅਰ ਕਰਨੇ ਆਪਣੇ ਆਪ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੁਹਾਡਾ ਹਰੇਕ ਸ਼ੇਅਰ ਕੀਤਾ ਬਹੁਤ ਸਾਰੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਔਰ ਬਦਲਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦਗਾਰ ਹੁੰਦਾ ਹੈ। ਸਰ, ਤੁਹਾਨੂੰ ਕਿਆ ਨਾਮ ਹੈ? ਗੱਲ ਕਰਨਾ ਚਾਹੋਗੇ? ਤੁਹਾਨੂੰ ਰਾਸਤਾ ਨਹੀਂ ਹੋ ਰਿਹਾ? ਆਪਾਂ ਗੱਲ ਕਰਨੀ ਹੈ, ਦੇਖੋ ਆਪਾਂ ਇਕੱਲੇ ਪੰਜਾਬ ਦੀ ਗੱਲ ਕਰਦੇ ਹਾਂ, ਕਿੰਨੀਆਂ ਗਗਨਪ੍ਰੀਤ ਕੌਰ ਹੈ ਜਿਹਨਾਂ ਨੂੰ ਮਦਦ ਦੀ ਲੋੜ ਹੈ, ਸੋਚ ਨਹੀਂ ਸਕਦੇ। ਸ਼ਾਇਦ ਤੁਸੀਂ ਮਿਲੇ ਹੋਣਗੇ, ਨਹੀਂ ਮਿਲੇ ਹੋਣਗੇ, ਮੈਨੂੰ ਨਹੀਂ ਪਤਾ, ਬਟ ਅਸੀਂ ਇੱਥੇ ਬਹੁਤ ਸਾਰੇ ਗਗਨਪ੍ਰੀਤ ਕੌਰਾਂ ਨੂੰ ਮਿਲਦੇ ਹਾਂ, ਸਾਨੂੰ ਪਤਾ ਇਸ ਗੱਲ ਦਾ। ਕਿੰਨੀ ਉਮਰ ਹੈ ਤੁਹਾਡੀ? 25 ਸਾਲ। ਕਿੰਨੇ ਟਾਈਮ ਹੋ ਗਿਆ ਇਸ ਭਿਆਨਕ ਬਿਮਾਰੀ ਦਾ? 4 ਸਾਲ। 4 ਸਾਲ ਦੇ ਵਿੱਚ ਮੈਨੂੰ ਯਾਦ ਹੈ, ਮੈਨੂੰ ਗੁਰਸ਼ਰਨ ਭਾਈ ਦੱਸਦੇ ਹੈ, ਅਥਾਹ ਧੁੰਦ ਦੇ ਵਿੱਚ, ਅਥਾਹ ਠੰਡ ਦੇ ਵਿੱਚ ਹੈ ਨਾ, ਬਨੂਰ ਤੋਂ ਇਹਨਾਂ ਦੇ ਪਿਤਾ ਜੀ ਲੈ ਕੇ ਆਉਂਦੇ ਸੁਹਾਣੇ ਹੋਸਪਿਟਲ ਹੈ ਨਾ, ਬਹੁਤ ਠੰਡ ਹੁੰਦੀ ਹੈ ਉਸ ਟਾਈਮ, ਕੰਬਲ ਦੇ ਵਿੱਚ ਲਿਪਟ ਕੇ ਆਉਂਦੇ ਹੁੰਦੇ, ਮੈਨੂੰ ਦੱਸਦੇ ਹੁੰਦੇ ਭਾਜੀ ਜੀ ਹੈ ਨਾ, ਆ ਵੀ ਬੜੇ ਬੁਰੇ ਔਖੇ ਹਾਲਾਤ ਹੁੰਦੇ, ਡਾਇਲਿਸਿਸ ਕਰਾਉਣਾ, 4-4.5 ਘੰਟੇ ਪੂਰਾ ਖੂਨ ਦਾ ਪ੍ਰੋਸੈਸ ਚੇਂਜ ਹੋਣਾ, ਵਾਪਸ ਸਰੀਰ 'ਚ ਪੈਣਾ, ਕਿੰਨੀ ਦੁੱਖ ਤਕਲੀਫਾਂ ਹੁੰਦੀਆਂ ਨੇ। ਜਿਨ੍ਹਾਂ ਦੇ ਘਰ ਇਹ ਕਿਡਨੀ ਫੇਲੀਅਰ ਦੀ ਬਿਮਾਰੀ ਆਈ ਹੋਈ ਨਾ, ਉਹੀ ਜਾਣ ਸਕਦੇ, ਜਾਂ ਜੋ ਇਸ ਤਰ੍ਹਾਂ ਦੇ ਮਰੀਜ਼ਾਂ ਨਾਲ ਰੂਬਰੂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਹੈ ਨਾ। ਕਿੰਨੀ ਡਾਇਲਿਸਿਸ ਹੁੰਦਾ ਉਹਦੇ? ਭਾਜੀ, ਕਿਵੇਂ ਦੇ ਆਰਥਿਕ ਹਾਲਾਤ ਹੋ ਗਏ ਨੇ ਘਰ ਦੇ? ਸੰਗਤ ਦੇ ਸਹਿਯੋਗ ਦੇ ਨਾਲ ਹੈ ਨਾ, ਤੁਹਾਡਾ ਸਹਿਯੋਗ ਹੁੰਦਾ, ਐਰੀਕੈਨ ਦੇ 20 ਇੰਜੈਕਸ਼ਨ ਨਾਲ ਦੇ ਰਹੇ, ਐਰੀਕੈਨ ਦਾ ਇੰਜੈਕਸ਼ਨ ਲਾਈਫ ਸੇਵਿੰਗ ਹੈ, ਇਹ HP ਕਾਊਂਟ ਲਈ, ਬਲੱਡ ਕਾਊਂਟ ਲਈ, ਕਿਡਨੀ ਫੇਲੀਅਰ ਪੇਸ਼ੈਂਟ ਲਈ ਅਥਾਹ ਇੰਪੋਰਟੈਂਟ ਹੈ, ਇਹ ਬਹੁਤ ਜ਼ਰੂਰੀ ਇੰਜੈਕਸ਼ਨ ਹੈ। 450 ਰੁਪਏ ਦਾ ਇੱਕ ਇੰਜੈਕਸ਼ਨ ਪੈਂਦਾ, ਲੇਕਿਨ ਬਹੁਤ ਜ਼ਿਆਦਾ ਇੰਪੋਰਟੈਂਟ ਲੱਗਦਾ, ਆਪਣੇ ਆਪ ਦੇ ਵਿੱਚ ਜ਼ਰੂਰ ਸਹਿਯੋਗ ਕਰਿਆ ਕਰੋ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਭਾਜੀ, ਤੁਹਾਡੀ ਵਾਈਫ ਦਾ ਕਿਆ ਨਾਮ ਸੀ? ਹਰਜੀਤ ਕੌਰ। ਕਿੰਨਾ ਟਾਈਮ ਹੋ ਗਿਆ ਤੁਹਾਨੂੰ? 10 ਸਾਲ। 10 ਸਾਲ ਹੋ ਗਏ ਕਿਡਨੀ ਫੇਲੀਅਰ ਨਾਲ ਜੂਝਦੇ ਹੋਏ ਆ, ਲਗਾਤਾਰ ਇੰਜੈਕਸ਼ਨ ਚੱਲਦੇ, ਲੱਖਾਂ ਰੁਪਏ ਦਾ ਖਰਚਾ ਆ ਚੁੱਕਿਆ। ਇਹ ਫਾਈਟ ਐਂਡਲੈਸ ਹੈ, ਇਹਦੇ ਵਿੱਚ ਐਂਡ ਨਹੀਂ ਹੁੰਦਾ ਹੈ ਨਾ, ਇਹ ਜਦ ਤੱਕ ਪੇਸ਼ੈਂਟ ਹੈਗਾ ਉਹਨੇ ਫਾਈਟ ਚੱਲਦੀ ਰਹਿਣੀ ਹੈ ਥਰੂ ਆਊਟ ਲਾਈਫ, ਔਰ ਜਦ ਕਿਡਨੀ ਟ੍ਰਾਂਸਪਲਾਂਟ ਹੋ ਜਾਣਾ ਉਸ ਤੋਂ ਬਾਅਦ ਵੀ ਚੱਲੀ ਜਾਣੀ ਹੈ, ਇਹ ਖਤਮ ਨਹੀਂ ਹੋਣੀ। ਸਾਨੂੰ ਲਗਾਤਾਰ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਹੈ ਕਿ ਕਿਡਨੀ ਟ੍ਰਾਂਸਪਲਾਂਟ ਕਰਨਾ, ਉਹਦੇ ਲਈ ਮਦਦ ਕਰ ਦਿਓ, ਜ਼ਰੂਰ ਕਰ ਦਾਂਗੇ, ਇਸ 'ਚ ਕੋਈ ਦੋ ਰਾਏ ਨਹੀਂ ਹੈਗੀ, ਲੇਕਿਨ ਟ੍ਰਾਂਸਪਲਾਂਟ ਤੋਂ ਬਾਅਦ ਵੀ 6-7 ਹਜ਼ਾਰ ਰੁਪਏ ਦਵਾਈ ਹੈ ਜੋ ਥਰੂ ਆਊਟ ਲਾਈਫ ਖਾਣੀ ਹੈ। ਭਾਜੀ, ਨੈਫਰੋਲੋਜੀ ਡਿਪਾਰਟਮੈਂਟ ਦੇ ਵਿੱਚ ਨਾਮ ਦਿਖਾਇਆ ਹੋਇਆ ਇਹਨਾਂ ਦਾ, ਕਿਡਨੀ ਦੀ ਕਿਆ ਕਹਿੰਦੇ ਡਾਕਟਰ, ਕਰਤਾ ਕਿਡਨੀ ਮਿਲ ਜਾਵੇ? ਬਹੁਤ ਬਹੁਤ ਧੰਨਵਾਦ ਹੈ ਕੋਰੋਨਿਸ IT ਪ੍ਰਾਈਵੇਟ ਲਿਮਿਟਡ ਦਾ, ਉਹ ਲਗਾਤਾਰ ਉਹਨਾਂ ਨੇ ਕੋਰੋਨਿਸ ਕੰਪਨੀ ਨੇ ਜੋ ਭਾਜੂਨੀ ਹੈਗੇ ਉਹਨਾਂ ਨੇ ਸਹਿਯੋਗ ਕੀਤਾ, ਔਰ ਬਹੁਤ ਸਾਰੇ ਓਪਰੇਸ਼ਨ, ਬਹੁਤ ਸਾਰੇ ਦਵਾਈਆਂ ਲਗਾਤਾਰ ਮਰੀਜ਼ਾਂ ਦੀ ਸਪੋਂਸਰ ਹੋ ਰਹੀਆਂ PGI ਦੇ ਵਿੱਚ ਔਰ PGI ਦੇ ਬਾਹਰ ਹੈ ਨਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਭਾਜੀ, ਗੱਲ ਆਉਂਗੇ, ਇੱਕ ਵਾਰੀ ਗੱਲ ਕਰੂੰਗੇ। ਅਨੀਤਾ ਵਿਸ਼ਾਲ ਭਾਜੀ, ਅਨੀਤਾ ਵਿਸ਼ਾਲ ਨੂੰ ਕਿੰਨੇ 22 ਸਾਲ ਹੋ ਗਏ? ਹਾਂ, 21 ਸਾਲ ਹੋ ਗਏ। ਅਨੀਤਾ ਬਹੁਤ ਹੀ ਹੋਣਹਾਰ ਲੜਕੀ ਸੀ ਪੜ੍ਹਨ ਦੇ ਉਸ ਟਾਈਮ ਹੈ ਨਾ,
ਦੋਨੋਂ ਬੱਚਿਆਂ ਦੀ ਰੋਸ਼ਨੀ ਦੀ ਤਕਲੀਫ ਹੈ, ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੇਗੀ, ਨਾਲ ਉਹਨਾਂ ਨੂੰ ਸ਼ੂਗਰ ਹੈ ਅਤੇ ਹੋਰ ਕਿਆ ਉਹਦੀ ਵਜ੍ਹਾ ਕਰਕੇ ਅੱਖਾਂ ਦੀ ਰੋਸ਼ਨੀ ਚੱਲੇਗੀ ਔਰ ਸਾਰੀ ਪਰੇਸ਼ਾਨੀਆਂ ਨਾਲ ਨਾਲ ਚੱਲ ਰਹੀਆਂ ਨੇ। 21 ਸਾਲ ਤੋਂ ਇਹ ਵੀ ਆਪਣੇ ਬੱਚਿਆਂ ਨਾਲ ਸਰਵਾਈਵਲ ਦੀ ਲੜਾਈ ਲੜ ਰਹੇ ਨੇ, ਜੂਝ ਰਹੇ ਨੇ ਜ਼ਿੰਦਗੀ ਨੂੰ ਲੈ ਕੇ, ਬਟ ਦੇਖੋ ਮਾਂ ਬਾਪ ਨੇ ਬੱਚਿਆਂ ਦਾ ਸਾਥ ਨਹੀਂ ਛੱਡਿਆ, ਉਹ ਲਗਾਤਾਰ ਸੇਵਾ ਦੇ ਵਿੱਚ ਸਹਿਯੋਗ ਚੱਲ ਰਿਹਾ ਇਹਨਾਂ ਦਾ। ਇਹਨਾਂ ਦੀ ਦਵਾਈ ਆਈ ਹੈ ਪਹਿਲੀ ਕਿੰਨੇ ਦੀ, ਲਗਭਗ 30,000 ਰੁਪਏ ਦੀ, 38,000 ਰੁਪਏ ਦੀ ਦਵਾਈ ਇਹਨਾਂ ਦੀ ਆਈ ਹੈ ਅਤੇ ਐਰੀਕੈਨ ਇੰਜੈਕਸ਼ਨ ਲਾ ਕੇ ਸਾਰੇ ਤਕਰੀਬਨ ਇਹ 55,000-60,000 ਰੁਪਏ ਦੀ ਦਵਾਈਆਂ ਲਗਾਤਾਰ ਚੱਲ ਰਹੀਆਂ ਨੇ, ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਹੀ। ਭਾਅ ਜੀ ਬਿਲਕਾ ਪਿੰਡ ਜਲੰਧਰ ਤੋਂ ਬਿਲੋਂਗ ਕਰਦੇ ਹੋ ਤੁਸੀਂ, ਹੈ ਨਾ, ਹੈ ਨਾ। ਅਨੀਤਾ ਵਿਸ਼ਾਲ ਦੀ ਲਾਈਫ ਥਰੂ ਆਊਟ ਲਾਈਫ ਚੱਲਦੀਆਂ ਨੇ, ਜਿੰਨੀ ਜ਼ਿੰਦਗੀ ਪਈ ਹੈ ਨਾ, ਜਿੰਨਾ ਜ਼ਿੰਦਗੀ ਉਹਨਾਂ ਨਾਲ ਰਹੇਗੀ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ 'ਚ ਸਾਰੀ ਦਵਾਈ ਚੱਲਦੀ ਰਹੇਗੀ। ਭਾਅ ਜੀ ਉਹਨਾਂ ਨੂੰ ਪ੍ਰੋਮਿਸ ਕੀਤਾ ਹੋਇਆ। ਭਾਅ ਜੀ ਕਿੰਨੇ ਸਾਲ ਤੋਂ ਦਵਾਈਆਂ ਸੇਵਾ ਕਰਦੀ ਹੈ? 2016-17 ਤੋਂ ਚੱਲਦੀ ਮੈਨੂੰ ਲੱਗਦਾ, ਨਾ 17 ਤੋਂ, ਹੈ ਨਾ, 2017 ਤੋਂ ਲੈ ਕੇ 24 ਆ ਗਿਆ ਨਾ, 8 ਸਾਲ ਤੋਂ ਲਗਾਤਾਰ ਚੱਲਦੀ ਰਹੇਗੀ, ਇਹ ਅੱਗੇ ਵੀ ਚੱਲਦੀ ਰਹੇਗੀ। ਸੇਵਾ ਦੇ ਵਿੱਚ ਜ਼ਰੂਰ ਸਹਿਯੋਗ ਪਾਉਣਾ, ਠੀਕ ਹੈ, ਨਾਲ ਵੀ ਜੁੜੋ ਅਤੇ ਵੀਡੀਓਜ਼ ਵੀ ਸ਼ੇਅਰ ਕਰ ਦਿਓ। ਇਸੇ ਬੇਨਤੀ ਨਾਲ ਵੀਡੀਓ ਕਲੋਜ਼ ਕਰਾਂਗੇ। ਕਿਸੇ ਨੂੰ ਵੀ ਸੇਵਾ ਦੀ ਲੋੜ ਹੈ, ਪੀਜੇ ਐਮਰਜੈਂਸੀ ਥੱਲੇ ਨੰਬਰ ਚੱਲ ਰਿਹਾ, ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਡਾ ਫੇਸਬੁੱਕ ਪੇਜ ਤਾਂ ਸਰਵ ਹਿਊਮੈਨਿਟੀ ਸਰਵ ਗੋਡ ਨਾ, ਸਰਵ ਹਿਊਮੈਨਿਟੀ ਸਰਵ ਗੋਡ ਲਿਖੋਗੇ ਗੂਗਲ ਅਕਾਊਂਟ ਦੇ ਉੱਪਰ, ਸਾਰੇ ਖੁੱਲ੍ਹ ਜਾਂਦੇ ਆ ਸਾਰੇ ਅਕਾਊਂਟ, ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਪਲੀਜ਼ ਸਾਨੂੰ ਫੇਸਬੁੱਕ ਦੇ ਉੱਪਰ ਮੈਸੇਜ ਜ਼ਰੂਰ ਕਰਿਓ, ਫੇਸਬੁੱਕ ਦੇ ਉੱਪਰ ਮੈਸੇਜ ਜ਼ਰੂਰ ਕਰਿਓ, ਸਰਵ ਹਿਊਮੈਨਿਟੀ ਸਰਵ ਗੋਡ ਥੱਲੇ ਲਿਖਿਆ ਵੀ ਆ ਰਿਹਾ, ਸਾਡੇ ਟੀ ਸ਼ਰਟਾਂ ਪਾਈਆਂ ਹੋਈਆਂ ਨੇ, ਤੁਸੀਂ ਇਹ ਲਿਖੋਗੇ ਤੁਹਾਨੂੰ ਫੇਸਬੁੱਕ ਦੇ ਉੱਪਰ ਸਾਰਾ ਕੁਛ ਖੁੱਲ੍ਹ ਜਾਣਾ, ਠੀਕ ਹੈ ਜੀ, ਅਤੇ ਉੱਥੇ ਸਾਨੂੰ ਮੈਸੇਜ ਕਰ ਸਕਦੇ ਹੋ। ਵੀਡੀਓ ਜ਼ਰੂਰ ਸ਼ੇਅਰ ਕਰ ਦਿਓ, ਆਪਣੇ ਆਪ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਸਕਦੇ ਹੈ। ਇਸੇ ਜ਼ਰੂਰਤ ਇਹੀ ਬੇਨਤੀ ਨਾਲ ਕਲੋਜ਼ ਕਰ ਰਹੇ ਹਾਂ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।